ਜਸ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਦਾ ਅੱਜ ਦੇ ਇਸ ਵਾਦ ਸੰਵਾਦ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਪਿਛਲੇ ਹਫ਼ਤੇ ਅਸੀਂ ਗੱਲਬਾਤ ਕਰ ਰਹੇ ਸੀ ਡਾਕਟਰ ਜ਼ੁਲਫਿਕਾਰ ਖਾਜ਼ਮੀ ਵਾਸ਼ਿੰਗਟਨ, ਜੋ ਕਿ ਪਿੱਛੋਂ ਲਾਹੌਰ ਤੋਂ ਹਨ, ਔਰ ਇਸ ਸਿਲਸਿਲੇ ਨੂੰ ਆਪਸੀ ਗੱਲਬਾਤ ਰਾਹੀਂ ਸਾਡੇ ਮਸਲੇ ਉਹਨਾਂ ਨੂੰ ਹੱਲ ਕਰਨ ਲਈ, ਉਹਦੇ ਵੱਲ ਪ੍ਰੇਰਣਾ ਦੇਣ ਲਈ ਜਿਹੜੀਆਂ ਸਾਡੀਆਂ ਮੁਸ਼ਕਿਲਾਂ ਹਨ, ਇਹ ਇੱਕ ਬਹੁਤ ਹੀ ਅਹਿਮ ਸੋਮਾ ਹੈ ਆਪਸੀ ਗੱਲਬਾਤ ਰਾਹੀਂ ਉਹਨਾਂ ਤੱਕ ਪਹੁੰਚਣਾ, ਉਹਨਾਂ ਨੂੰ ਉਹਨਾਂ ਦੀ ਪਛਾਣ ਕਰਨੀ, ਫਿਰ ਉਹਦਾ ਹੱਲ ਕਰਨਾ। ਅੱਜ ਫਿਰ ਉਸੇ ਸਿਲਸਿਲੇ ਨੂੰ ਅੱਗੇ ਵਧਾਉਂਦਿਆਂ ਹੋਇਆਂ ਡਾਕਟਰ ਜ਼ੁਲਫਿਕਾਰ ਕਾਜ਼ਮੀ ਸਾਹਿਬ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਹਨ। ਡਾਕਟਰ ਸਾਹਿਬ, ਤੁਹਾਡਾ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਬਹੁਤ ਬਹੁਤ ਖੁਸ਼ੀ ਹੋਈ ਕਿ ਤੁਸੀਂ ਇਸ ਪ੍ਰੋਗਰਾਮ ਵਿੱਚ ਆਏ। ਅਸੀਂ ਗੱਲਬਾਤ ਕਰ ਰਹੇ ਸੀ ਹਜ਼ਰਤ ਵਲੀ ਅੱਲਾ ਬਾਬਾ ਨਾਨਕ, ਜਿਹਨੂੰ ਤੁਸੀਂ ਗੱਲ ਕਹੀ ਕਿ ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ, ਹਜ਼ਰਤ ਬਾਬਾ ਨਾਨਕ ਸ਼ਾਹ ਫਕੀਰ। ਉਹ ਇਸ ਤਰ੍ਹਾਂ ਲੱਗਦਾ ਜਿਵੇਂ ਲੀਜੈਂਡਰੀ, ਜਿਵੇਂ ਇੱਕ ਫੋਕ ਗੀਤ ਜਾਂ ਇੱਕ ਆਮ ਲੋਕਾਂ ਦੇ ਮਨਾਂ ਦੇ ਵਿੱਚ ਰਾਜ ਕਰਨ ਵਾਲੀ ਉਹ ਰੂਹ ਜਿਹੜੀ ਸੀ, ਜਿਹਨਾਂ ਬਾਰੇ ਕਿਹਾ ਗਿਆ ਹੱਟ ਖੁੱਲ੍ਹ ਗਈ ਬਾਬੇ ਨਾਨਕ ਦੀ ਸੌਦਾ ਲੈਣਗੇ ਨਸੀਬਾਂ ਵਾਲੇ, ਇਹ ਵੀ ਹੈ। ਸੋ ਉਹਨਾਂ ਨੇ, ਗੁਰੂ ਨਾਨਕ ਸਾਹਿਬ ਨੇ ਜੋ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਇੱਕ ਛੋਟੇ ਜਿਹੇ ਇਲਾਕੇ, ਛੋਟੇ ਜਿਹੇ ਪਿੰਡ ਦੇ ਵਿੱਚ, ਪਰ ਉਹ ਆ ਕੇ ਉਸ ਜਗ੍ਹਾ ਦੇ ਵਿੱਚ ਨਹੀਂ ਟਿਕੇ। ਉਹਨਾਂ ਦੇ ਹਰ ਇੱਕ ਇੱਕ ਕਦਮ ਦਾ ਕੋਈ ਬਹੁਤ ਮਕਸਦ ਸੀ, ਬਹੁਤ ਗੰਭੀਰ ਮਕਸਦ ਸੀ। ਜੋ ਉਹ ਮਕਸਦ ਕਿਹੜਾ ਸੀ, ਉਹ ਪੈਗਾਮ ਕਿਹੜਾ ਸੀ, ਉਹ ਕਿਉਂ ਇਤਨੇ ਉਤਾਵਲੇ ਸਨ ਕਿ ਉਹ ਉਸਨੂੰ ਸਾਰਿਆਂ ਤੱਕ ਪਹੁੰਚਾਉਣਾ ਚਾਹੁੰਦੇ ਸੀਗੇ। ਔਰ ਉਹ ਭਾਵੇਂ ਉਹਨਾਂ ਨੇ ਦੁਕਾਨਦਾਰੀ ਕੀਤੀ, ਭਾਵੇਂ ਉਹਨਾਂ ਨੇ ਨੌਕਰੀ ਕੀਤੀ, ਭਾਵੇਂ ਉਹ ਬਾਅਦ ਵਿੱਚ ਖੇਤੀ ਕੀਤੀ, ਉਹ ਇੱਕ ਐਸਾ ਪੈਗਾਮ ਸੀ ਜਿਹੜਾ ਜਿੱਥੇ ਵੀ ਗਏ, ਕਿਉਂਕਿ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਆਪਸੀ ਗੱਲਬਾਤ ਦਾ ਸਿਲਸਿਲਾ ਜਦੋਂ ਟੁੱਟਦਾ ਹੈ, ਜਦੋਂ ਅਵਿਸ਼ਵਾਸ ਪੈਦਾ ਹੁੰਦਾ ਹੈ, ਜਦੋਂ ਸ਼ੱਕ ਪੈਦਾ ਹੁੰਦਾ ਹੈ, ਉਸ ਨੂੰ ਗੱਲਬਾਤ ਰਾਹੀਂ ਹੀ ਦੂਰ ਕੀਤਾ ਜਾ ਸਕਦਾ। ਗੁਰੂ ਨਾਨਕ ਸਾਹਿਬ ਨੇ ਉਹ ਸਰਹੱਦਾਂ ਜਿਨ੍ਹਾਂ ਵੱਲ ਕੋਈ ਜਾਂਦਾ ਨਹੀਂ ਸੀ ਉਹਨਾਂ ਵੱਲ ਗਏ, ਔਰ ਖਾਸ ਕਰਕੇ ਜਦੋਂ ਸਾਰੇ ਉਹਨਾਂ ਧਾਰਮਿਕ ਸਥਾਨਾਂ ਦੇ ਉੱਤੇ ਗਏ, ਭਾਵੇਂ ਉਹ ਹਿੰਦੂਆਂ ਦੇ ਸੀ, ਭਾਵੇਂ ਜੋਗੀਆਂ ਦੇ ਸੀ, ਭਾਵੇਂ ਇਸਲਾਮ ਦੇ ਸੀ, ਉਹਨਾਂ ਦੀ ਕੋਸ਼ਿਸ਼ ਸੀ ਕਿ ਉਹਨਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਇੱਕ ਕਿਸਮ ਦੀ ਖੁੰਦਕ ਦਵਾ ਕੇ ਉਹਨਾਂ ਦੇ ਅੰਦਰ ਦੀ ਉਹ ਅਹਿਸਾਸ, ਉਹ ਜਿਹੜੀ ਜੋਤ ਬੁੱਝ ਰਹੀ ਹੈ, ਉਸ ਨੂੰ ਅਹਿਸਾਸ ਕਰਾਉਣਾ ਕਿ ਖਾਲੀ ਤੁਹਾਡਾ ਬਾਹਰਲਾ ਨਹੀਂ, ਤੁਹਾਡੇ ਅੰਦਰ ਜਿਹੜੀ ਚੀਜ਼ ਹੈ ਉਸਨੂੰ ਤੁਸੀਂ ਪਛਾਣੋ। ਔਰ ਉਹ ਜਿਹੜੀ ਚੀਜ਼ ਮੈਨੂੰ ਲੱਗੀ ਹੈ ਕਿ ਤੁਸੀਂ ਇਸ ਦੇ ਨਾਲ ਕਿੱਥੇ ਤੱਕ ਸਹਿਮਤ ਹੋਵੋਗੇ, ਉਹ ਸੀ ਕਿ ਇੱਕ ਰੱਬ ਹੈ, ਦੂਸਰਾ ਨਹੀਂ ਹੈ, ਦੋ ਨਹੀਂ ਹੋ ਸਕਦੇ। ਬਲਕਿ ਬੜਾ ਮੈਨੂੰ ਅੱਛਾ ਲੱਗਦਾ ਹੈ, ਜ਼ਿਕਰ ਵੀ ਕਈ ਵਾਰੀ ਹੋ ਚੁੱਕਾ ਹੈ, ਕਿ ਜਦੋਂ ਗੁਰੂ ਨਾਨਕ ਸਾਹਿਬ ਬਗਦਾਦ ਗਏ, ਉੱਥੇ ਉਹਨਾਂ ਨੂੰ ਇਹ ਪੁੱਛਿਆ ਗਿਆ, ਜਦੋਂ ਗੱਲਬਾਤ ਹੋਈ, ਗੁਫ਼ਤਗੂ ਹੋਈ, ਤਾਂ ਉਹਨਾਂ ਨੇ ਆਪਣੇ ਅੰਦਾਜ਼ ਵਿੱਚ ਕਿਹਾ, ਜਦੋਂ ਪੀਰ ਕਹਿਣ ਲੱਗੇ, ਮੌਲਵੀ ਕਹਿਣ ਲੱਗੇ ਕਿ ਰੱਬ ਸਾਰੇ ਕੰਮ ਕਰ ਸਕਦਾ, ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮੈਂ ਨਹੀਂ ਮੰਨਦਾ ਕਿ ਰੱਬ ਸਾਰੇ ਕੰਮ ਕਰ ਲਵੇ। ਹੁਣ ਇੱਕ ਬੜੀ ਵੱਡੀ ਤੋਹੀਨ ਹੈ ਇੱਕ ਅਸੂਲ ਦੀ, ਜਿਹੜਾ ਬਣਿਆ ਹੋਇਆ ਇੱਕ ਆਮ ਹੈ ਕਿ ਨਹੀਂ, ਰੱਬ ਸਾਰੇ ਕੰਮ ਕਰ ਸਕਦਾ, ਔਰ ਉਹਨਾਂ ਦੇ ਵਿੱਚ ਜਾ ਕੇ ਇਹ ਕਹਿ ਦੇਣਾ ਕਿ ਰੱਬ ਸਾਰੇ ਕੰਮ ਨਹੀਂ ਕਰ ਸਕਦਾ। ਅਤੇ ਉਹਨਾਂ ਨੇ ਬੜੇ ਗੁੱਸੇ ਵਿੱਚ ਕਿਹਾ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਰੱਬ ਵੀ ਚਾਹੇ ਤਾਂ ਨਹੀਂ ਕਰ ਸਕਦਾ। ਆਂ ਕੁਦਾਮ ਸਿਅਸਤ ਕੇ ਖੁਦ ਖੁਦਾਏ ਖਲੇ ਪੈਦਾ ਨਵੇਂ ਸ਼ਬਦ, ਉਹ ਕਿਹੜੀ ਚੀਜ਼ ਹੈ ਰੱਬ ਚਾਹੇ ਤਾਂ ਨਹੀਂ ਬਣਾ ਸਕਦਾ। ਗੁਰੂ ਨਾਨਕ ਸਾਹਿਬ ਦਾ ਜਵਾਬ ਸੀ, ਆਂ ਕੁਦਾਮ ਸਿਅਸਤ ਕੇ ਖੁਦ ਖੁਦਾਏ ਖੁਦਾਏ ਦੀਗਰ ਪੈਦਾ ਨਵੇਂ ਸ਼ਬਦ, ਜੇ ਰੱਬ ਚਾਹੇ ਮੈਂ ਇੱਕ ਰੱਬ ਹੋਰ ਬਣਾ ਲਵਾਂ, ਉਹ ਨਹੀਂ ਬਣਾ ਸਕਦਾ। ਬਹੁਤ ਅਲ ਏਕੋ ਹੈ ਭਾਈ, ਏਕੋ ਹੈ ਸਾਹਿਬ, ਮੇਰਾ ਏਕੋ ਹੈ। ਉਹ ਇੱਕ ਦਾ ਜਿਹੜਾ ਸੁਨੇਹਾ ਦੇਣ ਲਈ ਜਿੱਥੇ ਵੀ ਗਏ, ਜਿਹੜੀ ਵੀ ਥਾਂ ਗਏ, ਉਹਨਾਂ ਨੇ ਇਹ ਕਿਹਾ ਕਿ ਉਸ ਇੱਕ ਦੀ ਅਸੀਂ ਸਾਰੇ ਇਬਾਦਤ ਕਰੀਏ। ਇੱਕ ਹੈ ਹਰ ਬਿਨ ਅਵਰ ਨਾ ਪੂਜੋ, ਮੜੇ ਮਸਾਣ ਨਾ ਜਾਈ, ਪੂਜਣ ਯੋਗ ਇੱਕ ਹੈ। ਪਰ ਜੇ ਤੁਸੀਂ ਅਗਰ ਪੂਜਾ ਔਰ ਨਿਵਾਜ਼ ਜੋ ਮਰਜ਼ੀ ਤੁਸੀਂ ਕਰ ਲਓ, ਜੇ ਉਹਦੇ ਕੀਤਿਆਂ ਤੁਹਾਡੀ ਪੱਤ ਨਹੀਂ ਰਹਿੰਦੀ, ਉਹ ਫਿਰ ਕੇਵਲ ਕਰਮ ਕਾਂਡ ਹੋ ਕੇ ਰਹਿ ਜਾਏਗਾ। ਔਰ ਸਭ ਤੋਂ ਜਿਹੜਾ ਉਹਨਾਂ ਦਾ ਤਰੀਕਾ ਆਪਣਾ, ਜਦੋਂ ਮੁਲਤਾਨ ਗਏ ਹੈ, ਮੁਲਤਾਨ ਦੇ ਵਿੱਚ ਉਹ ਪੀਰ
ਦੁੱਧ ਦਾ ਕਟੋਰਾ ਭਰ ਕੇ ਲੈ ਆਏ ਜੀ ਹਾਂ, ਤੇ ਉਹਨਾਂ ਨੇ ਆ ਕੇ ਉਹਨਾਂ ਨੂੰ ਸੁਨੇਹਾ ਸੀ ਕਿ ਇੱਥੇ ਬਿਲਕੁਲ ਆਲਰੇਡੀ ਸਾਰਾ ਹੈ, ਹੋਰ ਥਾਂ ਨਹੀਂ, ਅਤੇ ਗੁਰੂ ਨਾਨਕ ਸਾਹਿਬ ਨੇ ਉਹਦੇ ਉੱਤੇ ਚਮੇਲੀ ਦਾ ਫੁੱਲ ਰੱਖ ਦਿੱਤਾ ਕਿ ਆਪਣੀ ਖੁਸ਼ਬੂ ਫੈਲਾਵਾਂਗਾ, ਮੈਂ ਤੁਹਾਡੀ ਥਾਂ ਨਹੀਂ ਲਵਾਂਗਾ। ਇਹ ਜਿਹੜੀ ਬੁਨਿਆਦ ਸੀ ਗੁਰੂ ਨਾਨਕ ਸਾਹਿਬ ਦੀ ਇੱਕ ਵਹਿਦੀਅਤ ਦੀ, ਜਿਸ ਨੂੰ ਅਲਾਮਾ ਇਕਬਾਲ ਨੇ ਵੀ ਬਹੁਤ ਸੋਹਣਾ ਜਿਹੜਾ ਕਿਹਾ, ਉੱਠੀ ਸਦਾ ਤੌਹੀਦ ਕੀ ਪੰਜਾਬ ਸੇ, ਇਹੜੀ ਤੌਹੀਦ ਦੀ, ਅਸੀਂ ਇਸ ਬੁਨਿਆਦੀ ਚੀਜ਼ ਨੂੰ ਹੀ ਕਿਉਂ ਗਵਾਚ ਗਈ ਹੈ। ਇੱਕ ਦੂਸਰੀ ਚੀਜ਼, ਗੁਰੂ ਨਾਨਕ ਸਾਹਿਬ ਨੇ ਜਿਹੜੀ ਗੱਲ ਉਹ ਕਹੀ ਅਮਲ ਦੀ, ਉਹਨਾਂ ਦੀਆਂ ਗੱਲਾਂ ਇੰਨੀਆਂ ਬੁਨਿਆਦੀ ਔਰ ਬੜੀਆਂ ਸਿੱਧੀਆਂ ਹੈ, ਉਹਦੇ ਲਈ ਕਿਹੜੀ ਫਿਲਾਸਫੀ ਦੀ, ਕਿਹੜੀ ਡਿਸਕਸ਼ਨ ਦੀ, ਕਿਹੜੇ ਉਹਦੀ ਲੋੜ ਹੈ, ਜਾਂ ਸਾਨੂੰ ਕੋਈ ਸੈਮੀਨਾਰ ਦੀ ਲੋੜ ਹੈ, ਜਦੋਂ ਉਹ ਕਹਿ ਰਹੇ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਕਿਸੇ ਪਰਾਏ ਦਾ ਹੱਕ ਖਾਣਾ ਮੁਸਲਮਾਨ ਲਈ ਸੂਰ ਖਾਣ ਦੇ ਬਰਾਬਰ ਆ, ਹਿੰਦੂ ਲਈ ਗਾਂ ਖਾਣ ਦੇ ਬਰਾਬਰ ਆ। ਜਦੋਂ ਉਹ ਕਹਿ ਰਹੇ ਹੈ, ਬੜੀ ਸਿੱਧੀ ਜਿਹੀ ਭਾਸ਼ਾ ਦੇ ਵਿੱਚ ਕਹਿ ਰਹੇ ਹੈ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਅਤੇ ਇਤਨਾ ਕੁਛ ਹੋਣ ਦੇ ਬਾਵਜੂਦ ਅਸੀਂ ਕਿਉਂ ਨਹੀਂ, ਮਤਲਬ ਅਮਲ ਵਿੱਚ ਕਿਉਂ ਨਹੀਂ ਲਿਆ ਸਕੇ? ਦੱਸਣ ਦੀ ਗੱਲ ਤਾਂ ਹੋਏ ਜੇ ਕੰਪਲੀਕੇਟਡ ਹੋਏ, ਸਾਨੂੰ ਪਤਾ ਸਭ ਕੁਛ ਪਤਾ ਹੈ। ਇਹਦਾ ਮਤਲਬ ਹੈ ਕਿ ਬੁਨਿਆਦੀ ਤੌਰ ਦੇ ਉੱਤੇ ਕਿਹੜੀ ਚੀਜ਼ ਹੈ ਤੁਹਾਨੂੰ ਲੱਗਦੀ ਹੈ ਜਿਹੜੀ ਇਹਨਾਂ ਚੀਜ਼ਾਂ ਨੂੰ ਅਮਲ ਵਿੱਚ ਨਹੀਂ ਲਿਆ ਰਹੀ, ਜਿਹੜੀ ਸਭ ਤੋਂ ਵੱਡਾ ਰੁਕਾਵਟ ਬਣ ਗਈ ਹੈ? ਅਸੀਂ ਕਹੀ ਜਾਈਏ, ਅਸੀਂ ਤੈਨੂੰ ਮੰਨਦੇ ਹਾਂ, ਤੇਰੀ ਅਸੀਂ ਸਤਿਕਾਰ ਕਰਦੇ ਹਾਂ, ਤੇਰੀ ਜ਼ਾਤ ਦਾ ਅਦਬ ਕਰਦੇ ਹਾਂ, ਪਰ ਤੇਰੀ ਗੱਲ ਨਹੀਂ ਮੰਨਾਂਗੇ। ਔਰ ਇਹ ਜਿਹੜੀਆਂ ਦੋ ਗੱਲਾਂ ਜਿਹਨੇ ਕੀਤੀਆਂ, ਕਿ ਇੱਕ ਸੱਚ ਦੀ ਗੱਲ ਔਰ ਹੱਕ ਦੀ ਗੱਲ, ਇਹ ਬੁਨਿਆਦ ਹੈ ਹਰ ਮਜ਼ਹਬ ਦੀ, ਹਰ ਫਿਰਕੇ ਦੀ, ਹਰ ਇੱਕ ਦੀ, ਔਰ ਇੱਕ ਕਿਸਮ ਦੀ ਯੂਨੀਵਰਸਲ ਗੱਲ ਸੀਗੀ, ਪਰ ਫਿਰ ਵੀ ਅਸੀਂ ਇਸ ਨੂੰ ਕਿਉਂ ਨਹੀਂ ਅਮਲ 'ਚ ਲਿਆ ਸਕਦੇ? ਬਹੁਤ ਖੂਬਸੂਰਤ ਤੁਸੀਂ ਸਰਨਾਵਾਂ ਦੇ ਦਿੱਤਾ ਸਾਰੀਆਂ ਚੀਜ਼ਾਂ ਦਾ ਜੀ, ਅਤੇ ਇਹਦੇ ਵਿੱਚ ਸਾਰੀਆਂ ਉਹ ਚੀਜ਼ਾਂ ਨੇ ਜਿਹੜੀਆਂ ਮੈਂ ਅਰਜ਼ ਕਰਨਾ ਚਾਹੁੰਦਾ ਸੀ, ਉਹ ਤੁਸੀਂ ਬਿਲਾ ਸ਼ੁਬਾ, ਚੂੰਕਿ ਜਿਹੜਾ ਅਗਰ ਸੱਤ ਕੱਢਿਆ ਜਾਏ ਜੀ ਬਾਬਾ ਜੀ ਦੇ ਉਸ ਸਾਰੇ ਪੈਗਾਮ ਦਾ ਜੀ, ਉਹ ਸੰਦੇਸ਼ਾ, ਉਹ ਇੱਕ ਰੂਹਾਨੀ ਆਵਾਜ਼, ਅਤੇ ਮੈਂ ਸਮਝਦਾ ਕਿ ਉਹਦਾ ਲੁੱਬੇ ਲਬਾਬ ਉਹੀ ਹੈ ਜਿਹੜਾ ਤੁਸੀਂ ਆਪਣੇ ਸਰਨਾਮੇ ਦਿੱਤਾ ਜੀ। ਤਲਵੰਡੀ ਤੋਂ, ਛੋਟੇ ਜਿੰਨੇ ਕਸਬੇ ਤੋਂ, ਛੋਟੇ ਜਿੰਨੇ ਪਿੰਡ ਤੋਂ ਜੀ ਇੱਕ ਆਵਾਜ਼ ਉੱਠਦੀ ਹੈ ਜੀ, ਅਤੇ ਸਾਰੇ ਜ਼ਮਾਨੇ 'ਚ ਫੈਲਦੀ ਹੈ। ਔਰ ਅੱਜ ਉਹੀ ਨਨਕਾਣਾ ਸਾਹਿਬ ਜਿਹੜਾ ਜੀ, ਉਹ ਇੱਕ ਮਰਜ਼ੇ ਖਲਾਇਕ ਹੈ, ਮੈਂ ਸਮਝਦਾ ਕਿ ਪੂਰੀ ਦੁਨੀਆ ਉਹਦੇ ਵੱਲ ਰਜੂ ਕਰਦੀ ਹੈ, ਉਹ ਦੇਖਦੀ ਹੈ ਕਿ ਉੱਥੋਂ ਰੂਹਾਨੀ ਫੈਜ਼ ਕਿਸ ਤਰ੍ਹਾਂ ਮਿਲਦਾ। ਬਾਬਾ ਜੀ ਨੇ, ਮੈਂ ਸਮਝਦਾ ਕਿ ਜਿਹੜਾ 500-600 ਸਾਲ ਪਹਿਲੇ ਉਹ ਪੈਗੰਬਰਾਂ ਦੇ ਕੀਤੀ ਹੋਈਆਂ ਗੱਲਾਂ ਨੂੰ, ਔਰ ਨਬੀ ਕਰੀਮ ਸੱਲ ਸੱਲਮ ਦੇ ਜ਼ਮਾਨੇ 'ਚ ਜੋ ਉਹਨਾਂ ਨੇ ਮੈਸੇਜ ਜਿਹੜਾ ਦਿੱਤਾ ਸੀ ਜੀ, ਬਾਬਾ ਜੀ ਨੇ ਉਹ ਵਹਦਾਨੀਅਤ ਦਾ ਇੱਕ ਮੈਸੇਜ ਜੀ, ਤੌਹੀਦ ਦਾ ਜਿਹੜਾ ਅਕੀਦਾ ਜੀ, ਲੋਕਾਂ ਦੇ ਅੰਦਰ ਜਿਹੜਾ ਇੱਕ ਰਾਸਿਕ ਕਰਨ ਦੀ ਕੋਸ਼ਿਸ਼ ਕੀਤੀ ਸੀ, ਮੈਂ ਸਮਝਦਾ ਕਿ ਸ਼ਾਇਦ ਉਹ ਬਾਬਾ ਜੀ ਦਾ ਇੱਕ ਐਡਾ ਵੱਡਾ ਰੂਹਾਨੀ ਕ੍ਰੈਡਿਟ ਹੈ ਕਿ ਜਿਹੜਾ ਸਾਡੇ ਸਾਰੇ ਲੋਕਾਂ ਦੀ ਗਰਦਨਾਂ 'ਤੇ ਬਹੁਤ ਵਧਣੀ ਜੀ। ਔਰ ਜਿਹੜਾ ਤੁਸੀਂ ਕਿਹਾ ਕਿ ਕੀ ਵਜ੍ਹਾ ਹੈ ਕਿ ਅਸੀਂ ਉਸ ਪੈਗਾਮ ਨੂੰ ਉਸ ਅੰਦਾਜ਼ 'ਚ ਨਹੀਂ ਲੈ ਰਹੇ, ਉਹਦੇ ਵਿੱਚ ਵੀ ਬਾਬਾ ਜੀ ਦੀ ਇੱਕ ਗੱਲ ਮੈਨੂੰ ਜਿਹੜੀ ਹਮੇਸ਼ਾ ਯਾਦ ਆਉਂਦੀ ਹੈ, ਉਹਨਾਂ ਨੇ ਕਿਹਾ ਸੀ ਆਪਣੇ ਮਨ ਨੂੰ ਮਾਰ ਅਤੇ ਫਿਰ ਤੂੰ ਸਭ ਕੁਝ ਮੰਨ ਲਏਗਾ। ਉਹ ਮਨ ਨੂੰ ਮਾਰ ਕੇ ਸਭ ਕੁਝ ਮੰਨਣ ਵਾਲੀ ਗੱਲ ਜਿਹੜੀ ਉਹ ਅਕੀਦਾ ਤੌਹੀਦ ਦੀ ਉਹਨਾਂ ਨੇ ਰੋਸ਼ਨਾਈਜ਼ ਕੀਤੀ ਹੋਈ ਹੈ। ਔਰ ਮੈਂ ਸਮਝਦਾ ਕਿ ਇਹ ਉਹ ਚੀਜ਼ ਜੀ, ਅੱਜ ਅਗਰ ਧਰਮਾਂ ਤੋਂ ਆਜ਼ਾਦ ਹੋ ਕੇ ਵੀ ਅਗਰ ਦੇਖੇ ਤਾਂ ਇੱਕ ਕ੍ਰੀਏਟਰ ਜੀ, ਇੱਕ ਖਾਲਿਕ, ਇੱਕ ਮਾਲਿਕ, ਇੱਕ ਵੱਲ ਰੁਜੂ ਕਰਨਾ ਬਾਬਾ ਜੀ ਨੇ ਜਿਸ ਅੰਦਾਜ਼ 'ਚ ਸਮਝਾਉਣ ਦੀ ਕੋਸ਼ਿਸ਼ ਕੀਤੀ, ਔਰ ਤੁਸੀਂ ਮੁਖਤਲਿਫ ਉਹਨਾਂ ਦੇ ਸਫਰਾਂ ਦਾ ਹਵਾਲਾ ਸ਼ੁਰੂ 'ਚ ਦਿੱਤਾ ਸੀ ਜੀ, ਔਰ ਮੈਂ ਸਮਝਦਾ ਕਿ ਉਸ ਹਰ ਸਫ਼ਰ ਦੇ ਅੰਦਰ ਜੀ ਉਹਨਾਂ ਨੇ ਲੋਕਾਂ ਨੂੰ ਜਿਹੜੀ ਇੱਕ ਲੜੀ 'ਚ ਪਰੋਇਆ ਨਾ, ਉਹ ਇੱਕੋ ਗੱਲ ਦੇ ਨਾਲ ਪਰੋਇਆ ਕਿ ਮੈਂ ਕਿੱਥੋਂ ਹਾਂ ਅਤੇ ਤੁਸੀਂ ਕਿੱਥੋਂ, ਆਏ ਕਿੱਥੋਂ ਅਤੇ ਜਾਣਾ ਕਿੱਥੇ ਹੈ ਜੀ। ਉਹ ਇੱਕ ਪੂਰੇ ਸਫ਼ਰ ਨੂੰ ਲੋਕਾਂ ਦੇ ਨਾਲ ਆਸਾਨੀ ਦੇ ਨਾਲ ਉਹਨਾਂ ਨੇ ਉਸ ਗੱਲ ਨੂੰ ਕਨਵੇ ਕੀਤਾ। ਔਰ ਇਕਬਾਲ ਨੇ ਕਿਹਾ, ਖਰਾਜ ਪੇਸ਼ ਕੀਤਾ ਇੱਕ ਬਾਬਾ ਜੀ ਨੂੰ, ਮੈਨੂੰ ਪਤਾ ਸੀ ਕਿ ਤੁਸੀਂ ਇਹ ਗੱਲ ਛੇੜੋਗੇ, ਅਤੇ ਚੂੰਕਿ ਬਾਜ਼ੂਕਤ ਅਸ਼ਾਰ ਜਿਹੜੇ ਜ਼ੁਬਾਨੀ ਯਾਦ ਨਹੀਂ ਰਹਿੰਦੇ, ਲੇਕਿਨ ਯਕੀਨਨ ਆਪਣੇ ਵਿਊਅਰਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਵੀ ਯਾਦ ਕਰਵਾਉਣ ਵਾਸਤੇ ਕਿ ਇਕਬਾਲ ਨੇ ਜਿਹੜੀ ਖੂਬਸੂਰਤ ਗੱਲ ਕੀਤੀ ਬਾਬਾ ਜੀ ਦੇ ਹਵਾਲੇ ਨਾਲ, ਤੁਸੀਂ ਉਹ ਇੱਕ ਮਿਸਰਾ ਉਹਦਾ ਬਿਆਨ ਵੀ ਫਰਮਾਇਆ ਕਿ ਬੁੱਤ ਕਦਾ ਫਿਰ ਬਾਦ ਮੁੱਦਤ ਕੇ ਮਗਰ ਰੋਸ਼ਨ ਹੁਆ ਜੀ, ਨੂਰੇ ਇਬਰਾਹੀਮ ਸੇ ਆਜ਼ਰ ਕਾ ਘਰ ਰੋਸ਼ਨ ਹੁਆ, ਇੱਕ ਬੁੱਤ ਪ੍ਰਸਤ ਕਾ। ਬਿਲਕੁਲ। ਔਰ
ਆਦਰ ਕਾ ਘਰ ਰੋਸ਼ਨ ਹੋਇਆ, ਯਾਨੀ ਬਾਬਾ ਜੀ ਨੇ ਉਹਨੂੰ ਸਾਰਾ ਜਿਹੜਾ ਜੋੜ ਦਿੱਤਾ, ਅਬਰਾਹਮਿਕ ਫੇਥ ਦੇ ਨਾਲ ਜੋੜ ਦਿੱਤਾ। ਉਹ ਜਿਹੜਾ ਇੱਕ ਪੈਗੰਬਰਾਂ ਦਾ ਇੱਕ ਸਿਲਸਿਲਾ ਜਿਹੜਾ ਸੀ ਬਾਬਾ ਜੀ ਦੀ ਹੈਸੀਅਤ ਨੂੰ, ਸ਼ਖਸੀਅਤ ਨੂੰ ਉਹ ਉਸ ਤਨਾਜ਼ੁਰ 'ਚ ਦੇਖ ਰਹੇ ਨੇ ਕਿ ਉਸ ਜ਼ਮਾਨੇ ਵਿੱਚ ਜਿਹੜਾ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਦੇ ਜ਼ਿੰਮੇ ਜਿਹੜਾ ਫਰੀਜ਼ਾ ਸੀ ਕਿ ਇੱਕ ਵਹਦਾਨੀਅਤ ਦਾ ਜ਼ਿਕਰ ਕਰੋ, ਆਪਣੇ ਰੱਬ ਦੀ ਤੌਹੀਦ ਬਿਆਨ ਕਰੋ, ਆਪਣੇ ਰੱਬ ਦਾ ਜ਼ਿਕਰ ਕਰੋ, ਔਰ ਜ਼ਿਕਰ ਇਸ ਅੰਦਾਜ਼ ਕਰੋ ਕਿ ਉਹ ਇੱਕ ਵਾਹਦ ਨਜ਼ਰ ਆਏ, ਇਕੱਲਾ ਨਜ਼ਰ ਆਏ, ਉਹਦੇ ਬਰਾਬਰ ਕੋਈ ਨਜ਼ਰ ਨਾ ਆਏ। ਔਰ ਵਾਕਿਆ ਉਹ ਜਿਹੜਾ ਤੁਸੀਂ ਕਿਹਾ ਕਿ ਜਿਸ ਵੇਲੇ ਮੌਲਵੀਆਂ ਨੇ ਔਰ ਉਸ ਜ਼ਮਾਨੇ ਦੇ ਲੋਕਾਂ ਨੇ, ਆਲਿਮਾਂ ਨੇ ਔਰ ਫਾਜ਼ਲਾਂ ਨੇ ਸਵਾਲ ਕੀਤਾ ਕਿ ਉਹ ਕਿਹੜਾ ਕੰਮ ਹੈ ਜਿਹੜਾ ਰੱਬ ਆਪ ਹੀ ਨਹੀਂ ਕਰ ਸਕਦਾ, ਤਾਂ ਉਹਨਾਂ ਨੇ ਕਿਹਾ ਕਿ ਦੂਜਾ ਰੱਬ ਨਹੀਂ ਬਣਾ ਸਕਦਾ। ਇਹਦਾ ਮਤਲਬ ਹੈ ਕਿ ਉਹ ਆਪਣੀ ਜ਼ਾਤ ਦੇ ਵਿੱਚ ਯਕਤਾ, ਉਹ ਆਪਣੀ ਸਿਫਾਤ ਦੇ ਵਿੱਚ ਯਕਤਾ, ਉਹ ਆਪਣੇ ਤਮਾਮ ਮਾਮਲਾਤ ਦੇ ਵਿੱਚ ਯਕਤਾ ਹੈ। ਔਰ ਬਾਬਾ ਜੀ ਨੇ ਇਹੋ ਹੀ ਖਿਆਲ, ਇਹੋ ਹੀ ਸੋਚ, ਇਹੋ ਹੀ ਫਿਕਰ ਜਿਹੜੀ ਲੋਕਾਂ ਦੇ ਵਿੱਚ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਕਿ ਬੁਤਕਦਾ ਫਿਰ ਬਾਅਦ ਮੁੱਦਤ ਕੇ ਮਗਰ ਰੋਸ਼ਨ ਹੁਆ, ਨੂਰੇ ਇਬਰਾਹੀਮ ਸੇ ਆਦਰ ਕਾ ਘਰ ਰੋਸ਼ਨ ਹੁਆ, ਫਿਰ ਉਠਾਈ ਫਿਰ ਉਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦ ਕਾਮਿਲ ਨੇ ਜਗਾਇਆ ਖਾਬ ਸੇ। ਯਾਨੀ ਇਕਬਾਲ ਦੇ ਨਜ਼ਦੀਕ ਬਾਬਾ ਜੀ ਦੀ ਹੈਸੀਅਤ ਜਿਹੜੀ ਇੱਕ ਮਰਦ ਕਾਮਿਲ ਦੀ, ਇੱਕ ਮੁਕੰਮਲ ਇਨਸਾਨ ਦੀ। ਔਰ ਮੁਕੰਮਲ ਇਨਸਾਨ ਰੱਬ ਦੇ ਕੌਣ ਨਜ਼ਦੀਕ ਕੌਣ ਹੈ ਕਿ ਜਿਹੜਾ ਉਹਦੀ ਵਹਦਾਨੀਅਤ 'ਤੇ, ਜਿਹੜੇ ਉਹਦੀ ਵਹਦਤ 'ਤੇ ਔਰ ਜਿਹੜਾ ਉਹਦੇ ਯਕਤਾਈ 'ਤੇ ਯਕੀਨ ਰੱਖਦਾ ਹੋਵੇ, ਯਕੀਨ ਹੀ ਨਾ ਰੱਖਦਾ ਹੋਏ ਬਲਕਿ ਉਸ ਗੱਲ ਨੂੰ ਕਮਿਊਨੀਕੇਟ ਕਰਨ 'ਤੇ ਕਾਦਰ ਵੀ ਹੋਏ, ਨਾਲ ਉਹਨੂੰ ਕੁਦਰਤ ਵੀ ਹਾਸਿਲ ਹੋਏ ਕਿ ਉਹ ਜਿਹੜੀ ਗੱਲ ਕਰੇ ਲੋਕਾਂ ਦੇ ਨਾਲ, ਉਹ ਉਹਦੇ 'ਤੇ ਲੋਕ ਯਕੀਨ ਕਰਨ। ਔਰ ਬਾਬਾ ਜੀ ਦੀ ਗੱਲ 'ਤੇ ਯਕੀਨ ਕੀਤਾ ਉਹਨਾਂ ਨੇ, ਉਹਨਾਂ ਨੇ ਜਿਹੜਾ ਹਲਕਾ ਅਹਿਬਾਬ ਪੈਦਾ ਕੀਤਾ, ਜਿਹੜਾ ਆਪਣੇ ਫਾਲੋਅਰਸ ਦਾ। ਔਰ ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡੀ ਗੱਲ ਹੈ ਅੱਜ ਦੇ ਜ਼ਮਾਨੇ ਦੇ ਵਿੱਚ ਕਿ ਅਸੀਂ ਜਦੋਂ ਅਧਿਆਨ ਦੇ ਦਰਮਿਆਨ ਇੱਕ ਮਜ਼ਬੂਤ ਰਿਸ਼ਤੇ ਨੂੰ ਤਲਾਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਬਾਬਾ ਜੀ ਦੀ ਇੱਕ ਮਜ਼ਬੂਤ ਤਵਾਨਾ ਆਵਾਜ਼ ਜਿਹੜੀ ਹੈ ਸਾਨੂੰ ਮਹਿਸੂਸ ਹੁੰਦੀ ਹੈ, ਅਸੀਂ ਸੁਣਦੇ ਹਾਂ। ਅੱਲਾ ਕਰੇ ਕਿ ਅਸੀਂ ਉਸ ਤਰ੍ਹਾਂ ਦੇ ਬੋਲੇ ਨਾ ਹੋ ਜਾਈਏ ਕਿ ਜਿਹੜਾ ਕੁਰਾਨ ਕਹਿੰਦਾ ਕਿ ਇਹਨਾਂ ਨੇ ਲਓ ਜੀ ਇਹਨਾਂ ਦੇ ਕੰਨਾਂ 'ਤੇ ਅਸੀਂ ਮੋਹਰਾਂ ਲਾ ਦਿੱਤੀਆਂ, ਉਹ ਮੋਹਰਾਂ ਨਾ ਲੱਗੀਆਂ ਹੋਣ ਅਤੇ ਫਿਰ ਬਾਬਾ ਜੀ ਦੀ ਆਵਾਜ਼ ਆ ਸਕਦੀ। ਜੀ ਜੀ ਜੀ, ਤੁਸੀਂ ਬੜੇ ਸੋਹਣੇ ਉਹਨਾਂ ਦੇ ਹਵਾਲੇ ਨਾਲ ਗੱਲ ਕੀਤੀ, ਬਲਕਿ ਜੇ ਤੁਸੀਂ ਕਿਹਾ ਨਾ ਕਿ ਤਾਰਫ ਕਰਾਉਣਾ ਬੜਾ ਔਖਾ ਹੁੰਦਾ, ਅਤੇ ਜਿਵੇਂ ਗਾਲਿਬ ਨੇ ਵੇਖਿਆ ਉਹ ਹਮਸੇ ਪੁੱਛਦੇ ਹੈ ਬਤਾਓ ਗਾਲਿਬ ਕੌਣ ਹੈ, ਕੋਈ ਹਮੇ ਬਤਾਏ ਕਿ ਹਮ ਉਹਨੇ ਬਤਲਾਏ ਕਿਆ, ਪਰ ਗੁਰੂ ਨਾਨਕ ਸਾਹਿਬ ਨੇ ਆਪਣਾ ਤਾਰਫ ਦਿੱਤਾ। ਕਿਆ ਬਾਤ ਹੈ! ਉਹ ਕਹਿੰਦੇ ਮੈਨੂੰ ਕਈ ਲੋਕਾਂ ਨੇ, ਮੇਰਾ ਖਿਆਲ ਹੈ ਇਹਦੇ ਵਿੱਚ ਸਾਰਾ ਕੁਝ ਸਮਅਪ ਹੋ ਜਾਂਦਾ, ਉਹ ਕਹਿੰਦੇ ਕੁਛ ਲੋਕਾਂ ਨੇ ਮੈਨੂੰ ਭੂਤਣਾ ਕਿਹਾ। ਭੂਤਣਾ ਕੀ ਹੈ? ਕਿਸੇ ਦੇ ਅਕੀਦੇ ਦੇ ਉੱਤੇ ਵਿਘਨ ਪਾ ਰਿਹਾ, ਲੋਕ ਪੂਰਬ ਵੱਲ ਪਾਣੀ ਦੇ ਰਹੇ ਆ, ਉਹ ਪੱਛਮ ਵੱਲ ਦੇਣਾ ਸ਼ੁਰੂ ਕਰਤਾ, ਉਹ ਕਾਬੇ ਵੱਲ ਸਜਦਾ ਕਰ ਰਹੇ, ਉੱਧਰ ਲੱਤਾਂ ਕਰ ਦਿੱਤੀਆਂ, ਅਤੇ ਕੋਈ ਕੁਛ ਕਰ ਰਿਹਾ, ਅਤੇ ਉਹ ਜਿਹੜੀ ਸਾਰੀ ਚੀਜ਼ ਨੂੰ ਕਰਕੇ ਕਹਿੰਦੇ ਕਈਆਂ ਨੇ ਮੈਨੂੰ ਭੂਤਣਾ ਕਹੇ, ਕੋਈ ਆਖੇ ਭੂਤਣਾ, ਕੋ ਕਹੇ ਬੇਤਾਲਾ, ਕਈਆਂ ਨੇ ਮੈਨੂੰ ਬੇਤਾਲਾ ਕਿਹਾ, ਸੁਰਤਾਲ ਦਾ ਪਤਾ ਨਹੀਂ ਕਿ ਲੋਕ ਕਹਿੰਦੇ ਹਾਕਮ ਦੇ ਅੱਗੇ ਸਿਰ ਝੁਕਾਓ, ਇਹ ਕਹੀ ਜਾਂਦਾ ਰਾਜੇ ਸ਼ੀ ਮੁਕੱਦਮ ਕੁੱਤੇ, ਇਹ ਬੇਤਾਲਾ, ਇਹਨੂੰ ਸੁਰਤਾਲ ਦਾ ਨਹੀਂ ਪਤਾ, ਕੋਈ ਆਖੇ ਪੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਕੋਈ ਮੈਨੂੰ ਆਦਮੀ ਕਹੀ ਜਾਂਦਾ, ਸਿੱਧਾ ਸਾਧਾ ਆਦਮੀ ਹੈ, ਕੋਈ ਕਹਿੰਦਾ ਵਿਚਾਰਾ, ਸਿੱਧੀਆਂ ਗੱਲਾਂ ਕਰਦਾ ਹੈ ਕਿ ਕੋਈ ਸਾਰਾ ਮਾੜਾ ਨਹੀਂ ਚੰਗਾ ਨਹੀਂ, ਪਰ ਕਹਿੰਦੇ ਨਾ ਮੈਂ ਪੂਤਨਾ, ਨਾ ਮੈਂ ਬੇਤਾਲਾ, ਨਾ ਮੈਂ ਵਿਚਾਰਾ, ਮੈਂ ਹਾਂ ਕੀ। ਕਮਾਲ ਦਾ ਉਹਨਾਂ ਨੇ ਕਹਿ ਦਿੱਤਾ ਕਿ ਪਿਆ ਦੀਵਾਨਾ ਸਾਹਕਾ, ਨਾਨਕ ਬੌਰਾਨਾ ਹੋ ਹਰ ਬਿਨ ਅਵਰਨਾ ਜਾਣਾ, ਮੈਂ ਉਹਦਾ ਬੌਰਾਨਾ ਹੋ ਗਿਆ, ਮੈਂ ਉਹਦਾ ਦੀਵਾਨਾ ਹੋ ਗਿਆ, ਮੇਰੀ ਜਿਹੜੀ ਦੀਵਾਨਗੀ ਦੀ ਹੱਦ ਤੱਕ ਮੇਰਾ ਬੌਰਾਪਣ ਹੋ ਗਿਆ। ਇਹ ਜਿਹੜਾ ਉਹਨਾਂ ਦਾ ਸੁਨੇਹਾ, ਬਲਕਿ ਜਿਹੜੇ ਜਿਹੜੇ ਥਾਵਾਂ ਦੇ ਉੱਤੇ ਵੀ ਗਏ ਉਹਨਾਂ ਨੇ ਇਸੇ ਚੀਜ਼ ਨੂੰ ਜਿਹੜਾ ਸੀ, ਪਰ ਅੱਜ ਦੇ ਹਵਾਲੇ ਨਾਲ ਮੇਰਾ ਖਿਆਲ ਹੈ ਅਸੀਂ ਇੱਕ ਰਸਮੀ ਤੌਰ ਦੇ ਉੱਤੇ ਜ਼ਰੂਰ ਗੱਲਬਾਤ ਕਰ ਲੈਂਦੇ ਹਾਂ, ਪਰ ਜਿਵੇਂ ਕੀ ਇਹ ਸੱਚ ਨਹੀਂ, ਜਿਵੇਂ ਤੇਜਾ ਸਿੰਘ ਸਾਬਰ ਨੇ ਕਿਹਾ ਸੀ, ਮੈਂ ਨਨਕਾਣਾ ਸਾਹਿਬ ਗਿਆ, ਮੈਂ ਕਵਿਤਾ ਆਪਣੀ ਪੜ੍ਹਨ ਲੱਗਾ, ਦਿਲ ਮੇਰਾ ਅੰਦਰੋਂ ਅੰਦਰੀ ਹੁੱਸ ਗਿਆ, ਇੰਜ ਲੱਗਾ ਕਿ ਆਹ ਨਾਨਕ ਸ਼ਾਇਰ ਨੇ ਕਿ ਕਵੀਆ ਦੇ ਲਈ ਮੁੱਸ ਗਿਆ, ਜਾਂ ਕੌਮ ਮੇਰੀ ਨੂੰ ਆਖ ਦਵੀ, ਨਨਕਾਣਾ ਤੁਹਾਥੋਂ ਖੁੱਸਾ ਨਹੀਂ, ਗੁਰੂ ਨਾਨਕ ਤੁਹਾਥੋਂ ਰੁੱਸ ਗਿਆ। ਅਸਲ ਗੱਲ ਇਹ ਹੈ, ਸੋ ਜਿਹੜੀ ਗੱਲ ਉਹਨਾਂ ਨੇ ਕੀਤੀ ਸੀ ਅਸੀਂ ਅਗਰ ਉਹਨੂੰ ਅਮਲ ਵਿੱਚ ਨਹੀਂ ਲਿਆਵਾਂਗੇ, ਉਹਨਾਂ ਦੇ ਨਾਲ ਨਹੀਂ ਕਰਾਂਗੇ, ਉਹਨਾਂ ਨੇ ਆਪਣੇ ਨਾਲ ਕਿਹਨਾਂ ਨੂੰ ਰੱਖਿਆ, ਉਹਨਾਂ ਦੀ ਨਜ਼ਰ ਦੇ ਵਿੱਚ ਕੀ ਸੀਗਾ? ਅਗਰ ਉਹ ਚੀਜ਼ ਤੁਹਾਨੂੰ ਲੱਗਦਾ ਹੈ, ਤੁਸੀਂ ਸਾਰੇ ਡਾਇਲੋਗ ਦੇ ਵਿੱਚ ਇਤਨੇ ਐਕਟਿਵਲੀ ਕਰ ਰਹੇ ਹੋ ਕਿ ਉਹ ਜਿਹੜਾ ਡਾਇਲੋਗ ਦਾ ਆਪਸ ਦੇ ਵਿੱਚ ਗੁਫ਼ਤਗੂ ਦਾ, ਆਪਸ ਦੇ ਵਿੱਚ ਗੱਲਬਾਤ ਦਾ ਸੁਨੇਹਾ, ਔਰ ਕੇਵਲ ਉਹਦੀ ਜੋੜਨ ਵਾਲੀ ਤਾਕਤ ਇੱਕ ਰੱਬ ਦੀ, ਇੱਕ ਸ਼ਕਤੀ, ਇੱਕ ਹੈਸੀਅਤ ਦੀ ਗੱਲ ਸੀ, ਇਹ ਦੁਬਾਰਾ ਸਿਲਸਿਲਾ ਕਦੀ ਸ਼ੁਰੂ ਹੋਏਗਾ? ਮੈਨੂੰ ਲੱਗਦਾ ਕਿ ਐਸਾ ਜ਼ਰੂਰ ਹੋਏਗਾ।
ਕਿਉਂਕਿ ਬਾਬਾ ਜੀ ਨੇ ਉਹ ਪੈਗਾਮ ਦਿੱਤਾ ਜਿਹਦੇ ਵਿੱਚ ਮਾਯੂਸੀ ਦੀ ਦੂਰ ਦੂਰ ਤੱਕ ਕੋਈ ਗੱਲ ਨਹੀਂ ਹੈਗੀ ਜੀ ਜੀ, ਬਲਕਿ ਉਹਨਾਂ ਨੇ ਇਨਸਾਨ ਨੂੰ ਯਕੀਨ ਦੀ ਉਸ ਮੰਜ਼ਿਲ 'ਤੇ ਫਾਇਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਔਰ ਰੱਬ ਦਾ ਉਹ ਸੁਣਿਆ ਜਿਹੜਾ ਪੈਗੰਬਰਾਂ ਦੀ ਮੁਨਾਸਿਬਤ ਨਾਲ ਪਹਿਲੇ ਵੀ ਲੋਕਾਂ ਨੂੰ ਮਿਲਦਾ ਰਿਹਾ ਔਰ ਅੱਲਾਹ ਦੇ ਨੇਕ ਬੰਦੇ ਦਿੰਦੇ ਰਹੇ ਨੇ ਆਪਣੇ ਰੂਹਾਨੀ ਸਿਲਸਿਲੇ ਦੇ ਹਵਾਲੇ ਨਾਲ ਜੀ, ਉਹ ਪੈਗਾਮ ਮੈਂ ਸਮਝਦਾ ਕਿ ਉਹਦੇ ਅੰਦਰ ਮੈਨੂੰ ਕੋਈ ਐਸੀ ਚੀਜ਼ ਨਜ਼ਰ ਨਹੀਂ ਆਉਂਦੀ ਕਿ ਮੈਂ ਮਾਯੂਸ ਹੋ ਜਾਵਾਂ, ਲੇਕਿਨ ਸਾਨੂੰ ਕੀ ਕਰਨਾ ਪਏਗਾ, ਕਰਨ ਦੀ ਜ਼ਰੂਰਤ ਹੈ ਇਹ ਕਿ ਸਾਰੇ ਲੋਕਾਂ ਨੂੰ ਜੀ ਆਪਣੀ ਅਨਾ ਦੇ ਬੁੱਤ ਜਿਹੜੇ ਨੇ ਨਾ ਉਹ ਤੋੜਨੇ ਪੈਣਗੇ। ਬਾਬਾ ਜੀ ਜਿਸ ਮੁਕਾਮ 'ਤੇ ਲਿਆ ਕੇ ਬੰਦੇ ਦੇ ਨਾਲ ਗੁਫ਼ਤਗੂ ਕਰਦੇ ਨੇ ਨਾ ਉਹ ਛੋਟੇ ਔਰ ਵੱਡੇ ਦਾ ਮੁਕਾਮ ਨਹੀਂ ਹੈਗਾ, ਉਹ ਇੱਕ ਤਫਹੀਮ ਦਿੰਦੇ ਨੇ, ਇੱਕ ਅੰਡਰਸਟੈਂਡਿੰਗ ਦਿੰਦੇ ਨੇ ਬੰਦੇ ਨੂੰ ਜੀ ਕਿ ਤੂੰ ਹੈ ਕੀ ਹੈ, ਕਿਹੜੇ ਪਾਸਿਓਂ ਆਇਆ ਅਤੇ ਕਿਹੜੇ ਪਾਸੇ ਜਾਣਾ। ਜਦੋਂ ਉਹ ਇਹ ਮੁਕਾਲਮਾ ਕਰਦੇ ਸਨ ਬੰਦੇ ਦੇ ਨਾਲ, ਕਿਉਂਕਿ ਉਹਨਾਂ ਦੀਆਂ ਮਹਿਫਿਲਾਂ ਦੇ ਵਿੱਚ ਠੀਕ ਹੈ ਚੂੰਕਿ ਰਾਸਖੁਲ ਅਕੀਦਾ ਹੋਣ ਦੀ ਵਜ੍ਹਾ ਨਾਲ ਬਹੁਤ ਸਾਰੇ ਮੁਸਲਮਾਨ ਜਿਹੜੇ ਨੇ ਉਹਨਾਂ ਦੀਆਂ ਮਹਾਫਿਲ ਦੇ ਵਿੱਚ ਜਾਂਦੇ ਸਨ ਜੀ, ਉਹਨਾਂ ਦਾ ਪੈਗਾਮ ਲੈਂਦੇ ਸਨ ਸੁਣਦੇ ਸਨ, ਔਰ ਬਾਬਾ ਜੀ ਨੇ ਤਾਂ ਇਹੋ ਹੀ ਨਹੀਂ ਕਿ ਪੈਗਾਮ ਦਿੱਤਾ ਹੀ ਨਹੀਂ ਬਲਕਿ ਪੈਗਾਮ ਲਿਆ ਵੀ ਜੀ। ਸੂਫੀਆਂ ਦਾ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਸਾਡੇ ਜਿੰਨੇ ਵੱਡੇ ਬਜ਼ੁਰਗ ਸੂਫੀ ਹੋਏ ਨੇ ਉਸ ਜ਼ਮਾਨੇ ਦੇ, ਬਾਬਾ ਜੀ ਨੇ ਔਰ ਸਾਡੇ ਸਾਰੇ ਸਿਲਸਿਲਿਆਂ ਦੀ ਸਾਂਝ ਹੀ ਬਾਬਾ ਫਰੀਦ ਦਾ ਉਹਦੇ ਵਿੱਚ ਆ ਜਾਣਾ, ਕਬੀਰ ਸਾਹਿਬ ਦਾ ਆ ਜਾਣਾ, ਉਹ ਤਾਂ ਉਹਨਾਂ ਨੇ ਤਾਂ ਇਹ ਕਿਹਾ ਹੈ ਹਰ ਜੁਗ ਜੁਗ ਭਗਤ ਉਪਾਇਆ ਜੀ। ਹਾਂ, ਜੁਗੰਤਰਾਂ ਤੋਂ ਇਹ ਚੀਜ਼ ਜਿਹੜੀ ਹੈ ਸਿਲਸਿਲਾ ਹੈ ਸੱਚ ਜਿਹੜਾ ਹੈ ਉਹਨਾਂ ਨੇ ਤੇ ਸ਼ੁਰੂ ਦੀ ਜਿਹੜੀ ਪ੍ਰੀਐਂਬਲ ਵਿੱਚ ਕਹਿਤਾ ਆਦ ਸੱਚ, ਜਦੋਂ ਦੀ ਦੁਨੀਆ ਬਣੀ ਹੈ ਉਸ ਤੋਂ ਪਹਿਲੇ ਦਾ, ਉਸ ਤੋਂ ਵੀ ਪਹਿਲੇ ਆਦ ਸੱਚ ਹੈ, ਹੱਕ ਹੈ, ਸੱਚ ਹੈ, ਇੱਕ ਹੈ, ਬਿਲਕੁਲ ਆਦ ਸੱਚ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਸੱਚ ਤੋਂ ਸ਼ੁਰੂ ਕਰਕੇ ਔਰ ਅਖੀਰ ਦੇ ਵਿੱਚ ਜਿਹੜੀ ਉਹਨਾਂ ਨੇ ਉਹ ਪੈਰਾਮੀਟਰ ਦਿੱਤਾ ਜਿੰਨੀ ਨਾਮ 'ਤੇ ਆਇਆ ਗਏ ਮਸਕਤ ਕਾਲ, ਜਿਹੜਾ ਉਹਦਾ ਨਾਮ ਲਏਗਾ, ਜਿਹੜਾ ਉਹਦੀ ਇਬਾਦਤ ਕਰੇਗਾ, ਜਿਹੜਾ ਕਰੇਗਾ, ਇਹ ਨਹੀਂ ਕਿ ਫਲਾਣੇ ਫਿਰਕੇ ਦਾ ਜਾਂ ਦੂਸਰਾ ਕਰੇ, ਜਿਹੜਾ ਵੀ ਸ਼ੁਰੂ ਤੋਂ ਇਸ ਰਸਤੇ ਦੇ ਉੱਤੇ ਚੱਲ ਕੇ ਅੱਜ ਤੱਕ ਜਾਂਦੇ ਰਹੇ ਹੁਣ ਵੀ ਜਾਣਗੇ। ਸੋ ਇਹ ਜਿਹੜਾ ਸੁਨੇਹਾ ਜਿਹੜਾ ਉਹਨਾਂ ਨੇ ਦਿੱਤਾ, ਪਰ ਲੋੜ ਹੈ ਅੱਜ ਫਿਰ ਉਸ ਸੁਨੇਹੇ ਨੂੰ, ਉਹ ਜਿਹੜਾ ਪੈਗਾਮ ਸੀ ਸੱਚ ਦਾ, ਹੱਕ ਦਾ, ਇੱਕ ਦਾ, ਇਸ ਗੱਲ ਨੂੰ ਜਿਹੜਾ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਬਗਦਾਦ ਦੇ ਵਿੱਚ ਕਹੀ ਸੀ ਕਿ ਏਕੋ ਸਿਮਰੋ ਨਾਨਕਾ ਜਲ ਥਲ ਰਿਹਾ ਸਮਾਏ, ਦੂਜਾ ਕਾਹੇ ਸਿਮਰੀਏ ਜੋ ਜੰਮੇ ਤੇ ਮਰ ਜਾਏ। ਕਿਆ ਬਾਤ ਹੈ, ਕਿਆ ਬਾਤ ਹੈ। ਮੇਰਾ ਖਿਆਲ ਹੈ ਇਤਨੀ ਪਰ ਜਿਹੜੀਆਂ ਲੱਗਦਾ ਹੈ ਕਿ ਜਿਹੜੀਆਂ ਪੁਰਾਣੀਆਂ ਸਾਖੀਆਂ ਪੁਰਾਣੀਆਂ ਉਹਨਾਂ ਦੀਆਂ ਹੈ ਉਹ ਸਾਰੀਆਂ ਯਾਦਾਂ ਉਹਨਾਂ ਸਾਰੀਆਂ ਨੂੰ ਸੰਭਾਲਣ ਦੀ ਲੋੜ ਹੈ। ਪਰ ਇੱਕ ਚੀਜ਼ ਜੋ ਕਿ ਤੁਸੀਂ ਜਾਂਦੇ ਰਹਿੰਦੇ ਹੋ ਕਾਫੀ, ਉੱਤੇ ਨਾਲ ਤੁਹਾਡਾ ਤਲਕ ਵੀ ਹੈ, ਖਬਰਾਂ ਬੜੀਆਂ ਮਾਯੂਸ ਕੁਨ ਆਉਂਦੀਆਂ ਕਿ ਉਹਨਾਂ ਦੀਆਂ ਯਾਦਾਂ ਉਹਨਾਂ ਦੀਆਂ ਉਹ ਹੋਰ ਚੀਜ਼ਾਂ ਉਹ ਹੌਲੇ 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 ਸਾਡੇ ਦਿਲਾਂ 'ਚੋਂ ਵੀ ਖੁਰਦ ਬੁਰਦ ਹੋ ਰਹੀਆਂ ਔਰ ਅਮਲੀ ਤੌਰ ਦੇ ਉੱਤੇ ਵੀ ਉਹ ਸਾਰਾ ਜਿਹੜਾ ਨਹੀਂ ਤਾਂ ਸਾਰਾ ਸ਼ਹਿਰ ਸਾਰਾ ਕੁਛ ਉਹਨਾਂ ਦੀ ਇੱਕ ਕਿਸਮ ਦੀ ਵਿਰਾਸਤ ਸੀ, ਉਹ ਵਿਰਸਾ ਅਸੀਂ ਬੜੀ ਤੇਜ਼ੀ ਨਾਲ ਗਵਾ ਰਹੇ ਹਾਂ। ਇਹਨੂੰ ਅਸੀਂ ਕਿੱਦਾਂ ਬਚਾ ਲਈਏ, ਇਸ ਸੁਨੇਹੇ ਨੂੰ ਕਿੱਦਾਂ ਬਚਾ ਲਈਏ, ਤੁਹਾਨੂੰ ਕੀ ਲੱਗਦਾ ਹੈ ਕਿ ਕੀ ਕਰਨਾ ਚਾਹੀਦਾ ਸਾਨੂੰ ਆਪਣੇ ਪੱਧਰ ਦੇ ਉੱਤੇ ਔਰ ਸਮਾਜਿਕ ਤੌਰ 'ਤੇ ਕੀ ਕਰ ਸਕਦੇ ਹਾਂ? ਇਸ ਤੋਂ ਪਹਿਲੇ ਜਿਹੜਾ ਤੁਸੀਂ ਫਰਮਾ ਰਹੇ ਸਭ ਨਾ, ਖਾਸ ਤੌਰ 'ਤੇ ਜਿਹੜਾ ਉਹਨਾਂ ਨੇ ਮਜ਼ਹਬ ਦਾ ਅਤੇ ਮਜ਼ਹਬੀ ਲੋਕਾਂ ਦਾ ਜ਼ਿਕਰ ਨਹੀਂ ਕੀਤਾ ਜੀ ਜੀ, ਉਹਨਾਂ ਨੇ ਤਾਂ ਇਨਸਾਨਾਂ ਦਾ ਜ਼ਿਕਰ ਕੀਤਾ, ਬਿਲਕੁਲ ਬਿਲਕੁਲ, ਔਰ ਇਨਸਾਨ ਨੂੰ ਵਹਾਦਤ ਦੀ ਲੜੀ ਦੇ ਵਿੱਚ ਪਰੋਣ ਦਾ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਅਗਰ ਤੂੰ ਮੁਸਲਮਾਨ ਹੈ ਤਾਂ ਅੱਛਾ ਮੁਸਲਮਾਨ ਹੋ ਜਾ, ਬਿਲਕੁਲ, ਅਗਰ ਤੂੰ ਹਿੰਦੂ ਹੈ ਤਾਂ ਅੱਛਾ ਹਿੰਦੂ ਹੋ ਜਾ, ਮਤਲਬ ਔਰ ਦੋਵਾਂ ਮਜ਼ਹਬ ਦੇ ਦਰਮਿਆਨ ਜਿਹੜਾ ਬਾਬਾ ਜੀ ਨੇ ਇੱਕ ਪੁੱਲ ਦਾ ਇੱਕ ਕਿਰਦਾਰ ਅਦਾ ਕੀਤਾ ਨਾ ਜੀ 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 ਜੀ, ਉਹ ਸ਼ਾਇਦ ਮੈਂ ਸਮਝਦਾ ਕਿ ਇਨਸਾਨਾਂ ਦੀਆਂ ਗਰਦਨਾਂ 'ਤੇ ਬੜਾ ਵੱਡਾ ਇੱਕ, ਮੈਂ ਸਮਝਦਾ ਕਿ ਹਮੇਸ਼ਾ ਵਾਸਤੇ ਇੱਕ ਅਹਿਸਾਨ ਅਜ਼ੀਮ ਹੈ, ਔਰ ਇਹ ਉਹ ਚੀਜ਼ਾਂ ਨੇ ਕਿ ਜਿਹਨਾਂ ਨੂੰ ਮੈਂ ਸਮਝਦਾ ਕਿ ਯਾਦ ਰੱਖੇ ਅਤੇ ਅਸੀਂ ਅੱਛੇ ਮੁਸਲਮਾਨ ਜੀ, ਔਰ ਹਰ ਕੋਈ ਧਰਮ ਦਾ ਬੰਦਾ ਜਿਹੜਾ ਆਪਣੇ ਆਪਣੇ ਅਕੀਦੇ ਔਰ ਮਜ਼ਹਬ ਦੇ ਮੁਤਾਬਿਕ ਬਿਲਕੁਲ ਆਪਣੇ ਆਪ ਨੂੰ ਅੱਛਾ ਬਣਾ ਸਕਦਾ ਜੀ। ਔਰ ਰਹਿ ਗਈ ਇਹ ਗੱਲ ਕਿ ਇਹ ਜਿਹੜਾ ਵਰਸਾ ਅਸੀਂ ਜਿਹਦਾ ਅਸੀਂ ਜ਼ਿਕਰ ਕਰ ਰਹੇ ਹਾਂ ਜੀ, ਖਾ ਉਹ ਲਫਜ਼ਾਂ ਦਾ ਹੋਏ, ਇਹ ਸਾਰੇ ਅੱਖਰ ਜਿਹੜੇ ਨੇ ਇਹ ਬੜੇ ਕੀਮਤੀ ਨੇ, ਬਿਲਕੁਲ ਬਿਲਕੁਲ, ਇਹਨਾਂ ਨੂੰ ਹੀ ਮਹਿਫੂਜ਼ ਕਰਨ ਦੀ ਜ਼ਰੂਰਤ ਨਹੀਂ ਹੈ ਬਲਕਿ ਉਹਨਾਂ ਉਹ ਸਾਰੇ ਮਾਮਲਾਤ ਜੀ, ਮੈਂ ਤਾਂ ਮਾਮਲਾਤ ਦੀ ਗੱਲ ਕਰਨਾ ਕਿ ਜਿਹੜੇ ਉਸ ਜ਼ਮਾਨੇ ਦੇ ਵਿੱਚ ਬਾਬਾ ਜੀ ਨੇ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਦੇ ਰਾਹੀਂ ਉਹਨਾਂ ਦੇ ਪਿਆਰਿਆਂ ਨੇ ਕਰਨ ਦੀ ਕੋਸ਼ਿਸ਼ ਕੀਤੀ ਜੀ ਜੀ ਜੀ, ਔਰ ਅੱਗੋਂ ਬਿਲਾ ਤਫਰੀਕ
ਹਿੰਦੂ ਮੁਸਲਿਮ ਸਾਰਿਆਂ ਨੂੰ ਇੱਕ ਤਰਫ ਰੱਖਦਿਆਂ ਹੋਇਆਂ ਅੱਛੇ ਇਨਸਾਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਉਸ ਪੈਗਾਮ ਦੀ ਮੁਨਾਸਿਬਤ ਨਾਲ, ਉਹਨੂੰ ਮਹਿਸੂਸ ਕਰਨ ਵਾਸਤੇ ਜ਼ਰੂਰੀ ਹੈ ਕਿ ਅਸੀਂ ਆਪਣੀ ਅਨਾ ਦੇ ਖੌਲ ਤੋਂ ਬਾਹਰ ਆ ਜਾਈਏ, ਆਪਣੇ ਅਕੀਦਿਆਂ ਆਪਣੇ ਧਰਮਾਂ ਆਪਣੇ ਮਜ਼ਹਬਾਂ ਨੂੰ ਇੱਕ ਤਰਫ ਰੱਖ ਕੇ ਅਸੀਂ ਸੋਚੀਏ ਕਿ ਰੱਬ ਦੀ ਜ਼ਾਤ ਦਾ ਜ਼ਿਕਰ ਜਿਸ ਅੰਦਾਜ਼ 'ਚ ਬਾਬਾ ਜੀ ਨੇ ਕੀਤਾ ਸੀ, ਬਿਲਕੁਲ ਉਹ ਅਸ ਪਰਚਮੇ ਤੌਹੀਦ ਨੂੰ ਅਸੀਂ ਕਿਸ ਤਰ੍ਹਾਂ ਬੁਲੰਦ ਕਰਦੇ ਹਾਂ। ਇੱਕ ਉਹ ਉਹਦੇ ਵਾਸਤੇ ਆਏ ਕਿ ਅਸੀਂ ਆਪਣੀਆਂ ਜਿਹੜੀਆਂ ਜਾਲੀ ਔਰ ਝੂਠੀਆਂ ਸ਼ਨਾਖਤਾਂ ਜਿਹੜੀਆਂ ਨੇ ਨਾ, ਪਖੰਡ ਉਹਨਾਂ ਨੂੰ ਪਖੰਡ ਤੋਂ, ਹਾਂਜੀ ਪਖੰਡ ਜਿਹੜਾ ਇੱਕ ਪਖੰਡ ਜਿਹੜਾ ਇਹ ਜਾਲਸਾਜ਼ੀ ਜਿਹੜੀ ਹੈ ਇਹਨੂੰ ਇੱਕ ਪਾਸੇ ਰੱਖ ਕੇ, ਕਾਜ਼ੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਕਿੱਡੀਆਂ ਕੀਮਤੀ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਖਾਏ, ਜੋਗੀ ਜੁਗਤ ਨਾ ਜਾਣੇ ਹਨ ਤੀਨੋ ਉਜਾੜੇ ਕਾ ਪੰਧ। ਇਹ ਅਗਰ ਬੰਦਾ ਧਾਰਮਿਕ ਲਬਾਦਾ ਓੜ ਕੇ ਅਗਰ ਗਲਤ ਕੰਮ ਕਰੇ ਤੇ ਇਸ ਤੋਂ ਮਾੜਾ ਕੋਈ ਨਹੀਂ। ਇਹ ਤੇ ਸੀ ਨਾ ਹਰਫਾਂ ਲਫਜ਼ਾਂ ਔਰ ਉਹਨਾਂ ਦੀ ਤਾਲੀਮਾਤ ਦੀ ਗੱਲ ਜੀ, ਦੂਸਰੇ ਪਾਸੇ ਕਿ ਜਿਹੜਾ ਉਹਨਾਂ ਨੇ ਸਾਡੇ ਵਾਸਤੇ ਇੱਕ ਸਰਮਾਇਆ ਛੱਡਿਆ ਹੋਇਆ ਜੀ, ਉੱਥੇ ਮੈਂ ਜਾਣਾ ਵਾਂ ਨਨਕਾਣਾ ਸਾਹਿਬ ਉਸੇ ਅਕੀਦਤ ਔਰ ਮੁਹੱਬਤ ਦੇ ਨਾਲ ਜੀ, ਕਿ ਜਿਸ ਤਰ੍ਹਾਂ ਹਜ਼ਰਤ ਮੀਆਂ ਮੀਰ ਸਾਹਿਬ ਦੇ ਕੋਲ ਜਾਣਾ, ਬਿਲਕੁਲ ਜਿਸ ਤਰ੍ਹਾਂ ਦੂਸਰੇ ਆਪਣੇ ਉਹਨਾਂ ਦੇ ਪਿਆਰਿਆਂ ਦੇ ਕੋਲ ਜਾਈਦਾ ਜੀ, ਜੀ ਉਸੇ ਤਰ੍ਹਾਂ ਜਾਈਦਾ ਜੀ, ਅਕੀਦਤ ਔਰ ਮੁਹੱਬਤ ਦਾ ਇਜ਼ਹਾਰ ਕਰਕੇ ਤੇ ਨਾਲੇ ਕਹੀਦਾ ਕਿ ਇਹ ਤੁਸੀਂ ਜੋ ਕੁਝ ਇਹ ਸਾਡੇ ਵਾਸਤੇ ਇਹ ਜੋ ਕੁਝ ਕਾਇਮ ਕੀਤਾ ਸੀ ਸਾਡੀ ਅਖਲਾਕੀ ਜ਼ਿੰਮੇਵਾਰੀ ਹੈ ਜੀ, ਕਿ ਅਸੀਂ ਉਹਨੂੰ ਕਾਇਮ ਦਾਇਮ ਰੱਖੀਏ ਜੀ। ਜੀ ਜਦੋਂ ਮੈਂ ਵਾਅਦਾ ਕਰਕੇ ਆਉਂਦਾ ਤੇ ਫਿਰ ਲੋਕਾਂ ਦੇ ਨਾਲ ਗੱਲਬਾਤ ਕਰੀਦੀ ਹੈ ਕਿ ਬਈ ਤੁਸੀਂ ਦੇਖੋ ਉਸ ਸ਼ਹਿਰ ਦਾ, ਉਸ ਸ਼ਹਿਰ ਦੇ ਵਾਸੀਆਂ ਦਾ, ਉੱਥੇ ਜਿਹੜੇ ਗਿਰਦੋ ਅਤਰਾਸ ਜਿੰਨੇ ਵੀ ਸਾਡੇ ਜਿਹੜੇ ਨੇ ਗੁਰਦੁਆਰੇ ਨੇ ਉਹਨਾਂ ਦਾ ਅਸੀਂ ਇਹਤਰਾਮ ਕਿਸ ਤਰ੍ਹਾਂ ਕਰਨਾ ਜੀ, ਉਹਨਾਂ ਨੂੰ ਕਾਇਮ ਦਾਇਮ ਕਿਸ ਤਰ੍ਹਾਂ ਰੱਖਣਾ, ਔਰ ਉਸ ਜ਼ਮਾਨੇ ਵਿੱਚ ਜਿਹੜੀਆਂ ਆਵਾਜ਼ਾਂ ਸਨ ਜੀ ਕਿਸ ਤਰ੍ਹਾਂ, ਉਹ ਉਸੇ ਸੂਰਜ 'ਚ ਮੈਂ ਸਮਝਣਾ ਕਿ ਅਸੀਂ ਆਪਣੇ ਆਪ ਨੂੰ ਇੱਕ ਬਾਬਾ ਜੀ ਦੇ ਹਜ਼ੂਰ ਵੀ ਪੇਸ਼, ਆਪਣੇ ਰੱਬ ਦੀ ਹਜ਼ੂਰ 'ਚ ਵੀ ਦਈਏ ਨਾਲ ਵਾਅਦਾ ਕਰੀਏ ਕਿ ਜਦੋਂ ਕੋਈ ਇਹੋ ਜਿਹੀ ਚੀਜ਼ ਸਾਡੇ ਤੱਕ ਪਹੁੰਚੇਗੀ ਅਸੀਂ ਨਾ ਸਿਰਫ ਉਹਨੂੰ ਮਹਿਸੂਸ ਕਰਾਂਗੇ ਬਲਕਿ ਉਹਦੇ ਤਹੱਫੁਜ਼ ਤੋਂ ਅੱਗੇ ਦੀਆਂ ਗੱਲਾਂ ਕਰਾਂਗੇ। ਜੀ 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 ਬੜੀ ਅੱਛੀ ਤੁਸੀਂ ਸਾਰੀ ਗੱਲਬਾਤ ਕੀਤੀ। ਮੈਨੂੰ ਮੇਰਾ ਜੀ ਕਰਦਾ ਮੇਰੇ ਬਜ਼ੁਰਗ ਮੇਰੇ ਤਾਇਆ ਜੀ ਸਮਾਨ ਸਿੰਘ ਬਹੁਤ ਅੱਛੇ ਕਵੀ ਵੀ ਸਨ ਸ਼ਾਇਰ ਵੀ ਸਨ, ਉਹਨਾਂ ਨੇ ਇੱਕ ਵਾਰ ਇੱਕ ਕੋਈ ਪੜ੍ਹਿਆ ਸੀ ਗੁਰੂ ਨਾਨਕ ਸਾਹਿਬ ਦੇ ਬਾਰੇ ਅਤੇ ਲੰਮਾ ਪਿਆ ਤੱਕਿਆ ਪੁਰਖ ਹਾਜੀਆਂ ਨੇ ਜਦੋਂ ਆਏ ਨਮਾਜ਼ ਗੁਜ਼ਾਰ ਕੇ ਅਤੇ ਲੱਤਾਂ ਕਰੀ ਦਰਗਾਹ ਵੱਲ ਪਿਆ ਖੇੜਾ ਖੌਫ ਅੱਲਾ ਦਾ ਦਿਲੋਂ ਵਸਾਰ ਕੇ ਅਤੇ ਪਕੜ ਲੱਤਾਂ ਦੇ ਤਾਂ ਹੀ ਘੁਮਾਉਣ ਲੱਗੇ ਬੱਕਾ ਨਾਲ ਫਿਰਿਆ ਚੱਕਰ ਮਾਰ ਕੇ ਅਤੇ ਡਿੱਗੇ ਪੈਰਾਂ 'ਤੇ ਆਖਿਆ ਪਤਾ ਨਹੀਂ ਸੀ ਤੁਰੋਂ ਅੱਲਾ ਦਾ ਆਇਆ ਸਫੀਰ ਨਾਨਕ ਹਿੰਦੂ ਮੁਸਲਮਾਨ ਸਿੱਖਾਂ ਸਾਰਿਆਂ ਦਾ ਗੁਰੂ ਬਣੇ ਆਇਆ ਬੇਨਜ਼ੀਰ ਨਾਲ। ਅਤੇ ਜਿਹੜੀ ਗੱਲ ਇੱਕ ਹੋਰ ਨੇ ਕਹੀ ਕਿ ਉਹ ਵਕਤ ਦੌਰ ਐਸਾ ਸੀ ਕੀਆ ਕਤਲ ਲੜਕੀ ਜੋ ਪੈਦਾ ਹੋਈ ਜਹਾਲਤ ਕੀ ਬਸ ਇੰਤਹਾ ਹੋ ਗਈ ਚੁਨਾਚੇ ਥੀ ਜਬ ਹਿੰਦ ਮੇ ਤੇਰ ਗਈ ਭਵਰ ਮੇ ਥੀ ਇਨਸਾਂ ਕੀ ਕਿਸ਼ਤੀ ਘਿਰੀ ਖਵਈਆ ਜਹਾਂ ਮੇ ਹਵੈਦਾ ਹੋਏ ਤੋ ਅੱਲਾ ਸੇ ਨਾਨਕ ਜੀ ਪੈਦਾ ਹੋਏ ਨਾਨਕ ਜੀ ਅੱਲਾ ਸੇ ਹੋਏ ਰਸੂਲ ਹਕੀਕਤ ਮੇ ਅੱਲਾ ਕੋ ਥਾ ਯੇ ਕਬੂਲ। ਅਤੇ ਮੈਂ ਸਿਰਫ ਇੰਨਾ ਕਹਿ ਸਕਦਾ ਜੋ ਜਨਮ ਸਾਖੀ 'ਚ ਲਿਖਿਆ ਜਦੋਂ ਬੇਬੇ ਨਾਨਕੀ ਦਾ ਵਿਆਹ ਹੋਇਆ ਅਤੇ ਉਹਨਾਂ ਦੇ ਸ਼ੌਹਰ ਭਾਈਆ ਜੈ ਰਾਮ ਨੇ ਕਿਹਾ ਸੀ ਨਾਨਕੀ ਉਹ ਕੁੱਲ ਧੰਨ ਹੈ ਜਿਹਦੇ 'ਚ ਨਾਨਕ ਆਇਆ, ਉਹ ਜਗ੍ਹਾ ਧੰਨ ਹੈ ਜਿੱਥੇ ਨਾਨਕ ਜੰਮਿਆ, ਉਹ ਦੋਸਤ ਧੰਨ ਹੈ ਜਿਹਨਾਂ ਨੂੰ ਨਾਨਕ ਜਿਹਾ ਦੋਸਤ ਮਿਲਿਆ, ਤੂੰ ਧੰਨ ਹੈ ਤੈਨੂੰ ਨਾਨਕ ਵਰਗਾ ਵੀਰ ਮਿਲਿਆ, ਅਤੇ ਥੋੜ੍ਹੇ ਥੋੜ੍ਹੇ ਅਸੀਂ ਵੀ ਧੰਨ ਹਾਂ ਕਿ ਤੇਰੇ ਰਾਹੀਂ ਸਾਡਾ ਉਹਦੇ ਨਾਲ ਰਿਸ਼ਤਾ ਜੁੜਿਆ। ਮੈਂ ਕਾਜ਼ਮੀ ਸਾਹਿਬ ਕਹਿ ਸਕਦਾ ਅਸੀਂ ਵੀ ਧੰਨ ਹਾਂ ਜਿਹੜੇ ਤੁਸੀਂ ਉਸ ਥਾਂ ਨਾਲ ਜੁੜੇ ਹੋ, ਥੋੜ੍ਹੇ ਥੋੜ੍ਹੇ ਅਸੀਂ ਵੀ ਆਪਣੇ ਆਪ ਨੂੰ ਧੰਨ ਮਹਿਸੂਸ ਕਰ ਰਹੇ ਹਾਂ। ਬੜਾ ਫਖਰ ਹੈ ਕਿ ਅਸੀਂ ਉਸ ਜ਼ਮੀਨ ਤੇ ਬਸ ਮੈਂ ਅਸੀਂ ਧੰਨ ਹਾਂ। ਸੋ ਬਹੁਤ ਬਹੁਤ ਬਾਬਾ ਜੀ ਜੀ ਇਸ ਪ੍ਰੋਗਰਾਮ ਵਿੱਚ ਆਉਣ ਲਈ ਅਤੇ ਔਰ ਗੱਲਬਾਤ ਜਿਹੜਾ ਸਾਡਾ ਮਕਸਦ ਸੀ ਵਾਦ ਸੰਵਾਦ, ਜੇ ਅਗਰ ਇਹ ਤਰੀਕੇ ਦੇ ਨਾਲ ਦੋ ਹੀ ਚੀਜ਼ਾਂ, ਇੱਕ ਦੀ ਗੱਲ ਹੈ ਹੋਰ ਦੂਸਰੀ ਗੱਲ ਕੋਈ ਨਹੀਂ, ਜੇ ਅਸੀਂ ਅਮਲੀ ਤੌਰ ਦੇ ਉੱਤੇ ਅਮਲੀ ਰੂਪ ਦੇ ਵਿੱਚ ਉਹਨੂੰ ਅਪਣਾ ਲਈਏ, ਹੱਕ ਇਨਸਾਫ ਸੱਚ ਔਰ ਇੱਕ ਦੀ ਗੱਲ ਕਰ ਲਈਏ, ਫਿਰ ਤਾਂ ਸਾਡਾ ਇਸ ਦੁਨੀਆ 'ਚ ਆਇਆ ਵੀ ਸਫਲ ਹੈ ਅਤੇ ਅੱਗੇ ਵੀ ਸਫਲ ਹੈ। ਨਹੀਂ ਤਾਂ ਜਿਵੇਂ ਉਹਨੇ ਕਿਹਾ ਆਲਮ ਅਸਾਂ ਵੀ ਇੱਕ ਦਿਨ ਟੁਰ ਜਾਣਾ ਠੁੱਡਾ ਮਾਰ ਕੇ ਇਹਨਾਂ ਹਵੇਲੀਆਂ ਨੂੰ। ਜੀ ਜੀ ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਔਰ ਤੁਸੀਂ ਇਸ ਪ੍ਰੋਗਰਾਮ ਵਿੱਚ ਆਏ ਅਤੇ ਬਹੁਤ ਬਹੁਤ ਸ਼ੁਕਰ।